ਦੇਸੀ ਘਿਓ ਜੇਕਰ ਤੁਸੀਂ ਖਾਂਦੇ ਹੋ ਤਾਂ ਹੁਣ ਸਾਵਧਾਨ ਹੋ ਜਾਓ, ਕਿਉਂਕਿ ਦੇਸੀ ਘਿਓ ਖਾਣ ਦੇ ਨਾਲ ਵੀ ਕੈਂਸਰ ਹੋ ਰਿਹਾ। ਜੀ ਹਾਂ, ਤੁਸੀਂ ਹੈਰਾਨ ਹੋ ਗਏ ਹੋਵੋਗੇ ਜ਼ਰੂਰ, ਪਰ ਇਹ ਬਿਲਕੁਲ ਸੱਚ ਹੈ, ਕਿਉਂਕਿ ਹੁਣੇ ਹੀ ਕੁਝ ਟਾਈਮ ਪਹਿਲਾਂ 5000 ਕਿਲੋਗ੍ਰਾਮ ਜੋ ਦੇਸੀ ਘਿਓ ਹੈ ਉਹ ਉਸਦਾ ਪਰਦਾ ਫਾਸ਼ ਹੋਇਆ। ਉਸਦੇ ਵਿੱਚ ਇਹ ਜਾਣਕਾਰੀ ਮਿਲੀ ਹੈ ਕਿ ਇਹ ਜੋ ਘਿਓ ਸੀ ਉਹ ਨਕਲੀ ਸੀ, ਜਿਸਦੇ ਖਾਣ ਦੇ ਨਾਲ ਕੈਂਸਰ ਵੀ ਹੋ ਸਕਦਾ ਹੈ। ਜੀ ਹਾਂ, ਦੇਸੀ ਘਿਓ ਜੋ ਕਿ ਅਸੀਂ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਅਸੀਂ ਹਰ ਕਿਸੇ ਨੂੰ ਦੇਸੀ ਘਿਓ ਦਿੰਦੇ ਹਾਂ ਤਾਂ ਜੋ ਉਹ ਸਟਰੋਂਗ ਰਹਿਣ, ਤੰਦਰੁਸਤ ਰਹਿਣ। ਪਰ ਅਜਿਹੇ ਦੇ ਵਿੱਚ ਹੁਣ ਜਿਸ ਤਰੀਕੇ ਦੇ ਨਾਲ ਖਾਣ ਪੀਣ ਦੀਆਂ ਚੀਜ਼ਾਂ ਦੇ ਵਿੱਚ ਮਿਲਾਵਟ ਜੋ ਹੈ ਉਹ ਕੀਤੀ ਜਾ ਰਹੀ ਹੈ, ਤਾਂ ਹੁਣ ਦੇਸੀ ਘਿਓ ਨੂੰ ਵੀ ਲੋਕਾਂ ਨੇ ਨਹੀਂ ਛੱਡਿਆ। ਜੋ ਇਸ ਦੇ ਵਿੱਚ ਪ੍ਰੋਫਿਟ ਕਮਾਉਣ ਦੇ ਲਈ, ਮੁਨਾਫਾ ਕਮਾਉਣ ਦੇ ਲਈ ਲੋਕਾਂ ਦੇ ਵੱਲੋਂ ਜੋ ਬਿਜ਼ਨਸਮੈਨ ਨੇ ਉਹਨਾਂ ਦੇ ਵੱਲੋਂ ਹੁਣ ਦੇਸੀ ਘਿਓ ਦੇ ਵਿੱਚ ਵੀ ਮਿਲਾਵਟ ਸ਼ੁਰੂ ਕਰ ਦਿੱਤੀ ਹੈ, ਅਤੇ ਮਿਲਾਵਟ ਵੀ ਅਜਿਹੀ ਜਿਸ ਦੇ ਖਾਣ ਦੇ ਨਾਲ ਕੈਂਸਰ ਵਰਗੀ ਲਾ ਇਲਾਜ ਬਿਮਾਰੀ ਹੋ ਰਹੀ ਹੈ। ਜੀ ਹਾਂ, FSSAI ਦੇ ਵੱਲੋਂ ਵੀ ਖੁਲਾਸਾ ਕੀਤਾ ਗਿਆ, ਉਹਨਾਂ ਦੇ ਵੱਲੋਂ ਤਰਤੀਬ ਵੀ ਦੱਸੀ ਗਈ ਹੈ ਕਿ ਤੁਸੀਂ ਆਖਰ ਦੇਸੀ ਘਿਓ ਦਾ ਪਤਾ ਘਰ ਦੇ ਵਿੱਚ ਹੀ ਕਿਵੇਂ ਲਗਾ ਸਕਦੇ ਹੋ। ਤਾਂ ਆਓ, ਤਮਾਮ ਜਾਣਕਾਰੀ ਦੇ ਲਈ FSSAI ਕੀ ਕਹਿੰਦੀ ਹੈ ਉਹ ਜਾਣਨ ਦੇ ਲਈ ਦੇਖਦੇ ਹਾਂ ਇਹ ਖਾਸ ਰਿਪੋਰਟ। ਫੂਡ ਸੇਫਟੀ ਵਿਭਾਗ ਨੇ ਵੱਡੀ ਕਾਰਵਾਈ ਕਰਦੇ ਹੋਏ ਅਲੀਗੜ੍ਹ ਦੇ ਵਿੱਚ 50 ਕੁਇੰਟਲ ਨਕਲੀ ਘਿਓ ਜ਼ਬਤ ਕੀਤਾ। ਇਸ ਨੂੰ ਸਥਾਨਕ ਬਾਜ਼ਾਰਾਂ ਦੇ ਵਿੱਚ ਵੇਚਿਆ ਜਾਣਾ ਸੀ। ਵਿਭਾਗ ਦੀ ਟੀਮ ਨੇ ਕਾਰਵਾਈ ਕਰਦਿਆਂ ਇੱਕ ਕੈਂਟਰ ਨੂੰ ਰੋਕਿਆ। ਕੈਂਟਰ ਦੇ ਵਿੱਚ 25 ਡਰੰਮ ਭਰੇ ਹੋਏ ਸਨ, ਜਿਨ੍ਹਾਂ ਦੇ ਵਿੱਚੋਂ ਹਰ ਇੱਕ ਦੇ ਵਿੱਚ 200 ਲੀਟਰ ਤੋਂ ਵੱਧ ਨਕਲੀ ਘਿਓ ਸੀ। ਘਿਓ ਦਾ ਸੈਂਪਲ ਜਾਂਚ ਦੇ ਲਈ ਲੈਬ ਦੇ ਵਿੱਚ ਭੇਜ ਦਿੱਤਾ ਗਿਆ। ਭਾਰਤ ਦੇ ਵਿੱਚ ਖਾਣ ਪੀਣ ਦੀਆਂ ਵਸਤੂਆਂ ਦੇ ਵਿੱਚ ਮਿਲਾਵਟ ਦਾ ਕਾਰੋਬਾਰ ਹੁਣ ਜ਼ੋਰਾਂ 'ਤੇ ਹੈ। ਵਧੇਰੇ ਮੁਨਾਫਾ ਕਮਾਉਣ ਦੇ ਲਈ ਵਪਾਰੀ ਖਤਰਨਾਕ ਰਸਾਇਣਾਂ ਅਤੇ ਇੱਥੋਂ ਤੱਕ ਕਿ ਗੰਦੀਆਂ ਚੀਜ਼ਾਂ ਦੇ ਵਿੱਚ ਵੀ ਮਿਲਾਵਟ ਕਰਦੇ ਹੋਏ ਨਜ਼ਰ ਆ ਰਹੇ ਨੇ। ਅਜਿਹੀਆਂ ਚੀਜ਼ਾਂ ਦਾ ਸੇਵਨ ਕਰਨ ਦੇ ਨਾਲ ਕੈਂਸਰ, ਫੂਡ ਪੋਇਜ਼ਨਿੰਗ, ਪੇਟ ਖਰਾਬ, ਜਿਗਰ, ਗੁਰਦੇ ਅਤੇ ਅੰਤੜੀਆਂ ਨੂੰ ਨੁਕਸਾਨ ਵਰਗੀਆਂ ਜਾਨਲੇਵਾ ਸਿਹਤ ਸਮੱਸਿਆਵਾਂ ਵੀ ਹੋ ਸਕਦੀਆਂ ਨੇ। ਘਿਓ ਦੇ ਵਿੱਚ ਮਿਲਾਵਟ ਇੱਕ ਗੰਭੀਰ ਸਮੱਸਿਆ ਹੈ। ਕਈ ਵਾਰ ਸਾਨੂੰ ਸ਼ੁੱਧ ਘਿਓ ਦੇ ਨਾਂ ਉੱਤੇ ਮਿਲਾਵਟੀ ਘਿਓ ਮਿਲ ਜਾਂਦਾ ਹੈ। ਇਹ ਨਾ ਸਿਰਫ ਸਿਹਤ ਦੇ ਲਈ ਹਾਨੀਕਾਰਕ ਹੈ, ਸਗੋਂ ਧੋਖਾਧੜੀ ਵੀ ਹੈ। ਘਿਓ ਦੇ ਵਿੱਚ ਵੈਜੀਟੇਬਲ ਓਇਲ, ਐਨੀਮਲ ਫੈਟ, ਦੁੱਧ ਦਾ ਪਾਊਡਰ, ਚਿੱਟਾਪਨ ਅਤੇ ਗਾੜਾ ਵਧਾਉਣ ਦੇ ਲਈ ਸਟਾਰਚ, ਰੰਗ ਨੂੰ ਆਕਰਸ਼ਕ ਬਣਾਉਣ ਦੇ ਲਈ ਨਕਲੀ ਰੰਗ ਅਤੇ ਸਵਾਦ ਵਧੀਆ ਬਣਾਉਣ ਦੇ ਲਈ ਨਕਲੀ ਸਵਾਦ ਜੋ ਹੈ ਉਹ ਘਿਓ ਦੇ ਵਿੱਚ ਮਿਲਾਇਆ ਜਾਂਦਾ ਹੈ। ਅਜਿਹੇ ਘਿਓ ਦਾ ਸੇਵਨ ਕਰਨ ਦੇ ਨਾਲ ਪੇਟ ਦਰਦ, ਗੈਸ, ਕਬਜ਼ ਵਰਗੀਆਂ ਪੇਟ ਦੀਆਂ ਸਮੱਸਿਆਵਾਂ ਹੋ ਸਕਦੀਆਂ ਨੇ। ਇਸ ਨਾਲ ਕੋਲੇਸਟ੍ਰੋਲ ਵੀ ਵੱਧ ਸਕਦਾ ਹੈ, ਜਿਸ ਦੇ ਨਾਲ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਵੱਧ ਜਾਂਦਾ ਹੈ। ਇਸ ਨਾਲ ਐਲਰਜੀ ਅਤੇ ਚਮੜੀ ਧੱਫੜ ਵਰਗੀਆਂ ਚਮੜੀ ਦੀਆਂ ਸਮੱਸਿਆਵਾਂ ਹੋ ਸਕਦੀਆਂ ਨੇ। ਇਸ ਦੇ ਨਾਲ ਸਾਹ ਲੈਣ ਦੇ ਵਿੱਚ ਵੀ ਮੁਸ਼ਕਲ ਪੈਦਾ ਹੋ ਸਕਦੀ ਹੈ, ਖਾਸ ਕਰਕੇ ਦਮੇ ਦੇ ਮਰੀਜ਼ਾਂ ਦੇ ਲਈ। ਮਿਲਾਵਟੀ ਘਿਓ ਦੇ ਵਿੱਚ ਮੌਜੂਦ ਹਾਨੀਕਾਰਕ ਤੱਤ ਜਿਗਰ ਅਤੇ ਗੁਰਦਿਆਂ ਨੂੰ ਨੁਕਸਾਨ ਪਹੁੰਚਾ ਸਕਦੇ ਨੇ। ਇਸ ਦੇ ਨਿਯਮਤ ਸੇਵਨ ਦੇ ਨਾਲ ਕੁਝ ਮਿਲਾਵਟੀ ਪਦਾਰਥ ਹਾਰਮੋਨਸ ਦੇ ਸੰਤੁਲਨ ਨੂੰ ਵੀ ਵਿਗਾੜ ਸਕਦੇ ਨੇ। ਜ਼ਿਆਦਾ ਦੇਰ ਤੱਕ ਮਿਲਾਵਟੀ ਘਿਓ ਦਾ ਸੇਵਨ ਕਰਨ ਦੇ ਨਾਲ ਕੈਂਸਰ ਦਾ ਖਤਰਾ ਵੀ ਵੱਧ ਜਾਂਦਾ ਹੈ। ਮਿਲਾਵਟੀ ਘਿਓ ਦੇ ਵਿੱਚ ਜ਼ਿਆਦਾ ਕੈਲੋਰੀ ਹੁੰਦੀ ਹੈ, ਜਿਸ ਦੇ ਨਾਲ ਭਾਰ ਵੱਧ ਸਕਦਾ ਹੈ।
ਅਸਲੀ ਘਿਓ ਦੇ ਵਿੱਚ ਬਹੁਤ ਸਾਰੇ ਪੌਸ਼ਟਿਕ ਤੱਤ ਹੁੰਦੇ ਨੇ ਜੋ ਕਿ ਮਿਲਾਵਟੀ ਘਿਓ ਦੇ ਵਿੱਚ ਮੌਜੂਦ ਨਹੀਂ ਹੁੰਦੇ। ਮਿਲਾਵਟੀ ਘਿਓ ਦੇ ਵਿੱਚ ਕਈ ਹਾਨੀਕਾਰਕ ਤੱਤ ਵੀ ਹੁੰਦੇ ਨੇ ਜੋ ਪਾਚਨ ਪ੍ਰਣਾਲੀ, ਦਿਲ ਅਤੇ ਗੁਰਦਿਆਂ ਨੂੰ ਨੁਕਸਾਨ ਪਹੁੰਚਾ ਸਕਦੇ ਨੇ। FSSAI ਨੇ ਨਕਲੀ ਘਿਓ ਦੀ ਪਛਾਣ ਕਰਨ ਦਾ ਤਰੀਕਾ ਦੱਸਿਆ। ਉਹਨਾਂ ਦੱਸਿਆ ਕਿ ਇੱਕ ਕੱਚ ਦੇ ਕਟੋਰੇ ਦੇ ਵਿੱਚ ਅੱਧਾ ਚਮਚ ਘਿਓ ਪਾਓ। ਇਸ ਦੇ ਵਿੱਚ ਟਿੰਚਰ ਆਇਓਡੀਨ ਦੀਆਂ 2 ਤੋਂ 3 ਬੂੰਦਾਂ ਪਾ ਦਿਓ। ਜੇਕਰ ਇਸਦਾ ਰੰਗ ਨੀਲਾ ਹੋਣ ਲੱਗੇ ਤਾਂ ਸਮਝ ਜਾਓ ਕਿ ਇਸ ਦੇ ਵਿੱਚ ਸਟਾਰਚ ਮਿਲਾਇਆ ਗਿਆ ਹੈ। ਸ਼ੁੱਧ ਘਿਓ ਦਾ ਰੰਗ ਸੁਨਹਿਰੀ ਪੀਲਾ ਹੁੰਦਾ ਹੈ। ਜੇਕਰ ਰੰਗ ਬਹੁਤ ਜ਼ਿਆਦਾ ਚਮਕੀਲਾ ਜਾਂ ਚਿੱਟਾ ਹੈ ਤਾਂ ਸਮਝ ਜਾਇਓ ਕਿ ਇਸ ਦੇ ਵਿੱਚ ਮਿਲਾਵਟੀ ਹੈ। ਸ਼ੁੱਧ ਘਿਓ ਦੀ ਮਹਿਕ ਖੁਸ਼ਬੂਦਾਰ ਹੁੰਦੀ ਹੈ। ਜੇਕਰ ਬਦਬੂ ਨਕਲੀ ਜਾਂ ਮਾੜੀ ਹੈ ਤਾਂ ਸਮਝ ਜਾਓ ਕਿ ਘਿਓ ਮਿਲਾਵਟੀ ਹੈ। ਠੰਡਾ ਹੋਣ 'ਤੇ ਸ਼ੁੱਧ ਘਿਓ ਚਿੱਟਾ ਹੋ ਜਾਂਦਾ ਹੈ ਅਤੇ ਗਰਮ ਕਰਨ 'ਤੇ ਪਿਘਲ ਜਾਂਦਾ ਹੈ। ਜੇਕਰ ਘਿਓ ਪਿਘਲਣ 'ਤੇ ਪਾਣੀ ਵਰਗਾ ਲੱਗੇ ਤਾਂ ਸਮਝ ਜਾਓ ਕਿ ਇਸ ਘਿਓ ਦੇ ਵਿੱਚ ਮਿਲਾਵਟ ਕੀਤੀ ਗਈ ਹੈ। ਜਦੋਂ ਸ਼ੁੱਧ ਘਿਓ ਨੂੰ ਫਰਿੱਜ ਦੇ ਵਿੱਚ ਰੱਖਿਆ ਜਾਂਦਾ ਹੈ ਤਾਂ ਇਹ ਸਖ਼ਤ ਹੋ ਜਾਂਦਾ ਹੈ ਅਤੇ ਚਾਕੂ ਨਾਲ ਕੱਟਿਆ ਜਾ ਸਕਦਾ। ਲੇਕਿਨ ਜੇਕਰ ਘਿਓ ਫਰਿੱਜ ਦੇ ਵਿੱਚ ਰੱਖਣ ਤੋਂ ਬਾਅਦ ਵੀ ਨਰਮ ਰਹਿੰਦਾ ਹੈ ਤਾਂ ਇਸ ਦੇ ਵਿੱਚ ਮਿਲਾਵਟ ਹੋ ਸਕਦੀ ਹੈ। ਇੱਕ ਹੋਰ ਤਰੀਕਾ ਹੈ ਕਿ ਇੱਕ ਗਲਾਸ ਦੇ ਵਿੱਚ ਕੋਸੇ ਪਾਣੀ ਦੇ ਵਿੱਚ ਇੱਕ ਚਮਚ ਘਿਓ ਮਿਲਾਓ। ਜੇਕਰ ਘਿਓ ਪਾਣੀ ਦੇ ਵਿੱਚ ਘੁਲ ਜਾਵੇ ਤਾਂ ਇਹ ਮਿਲਾਵਟੀ ਹੈ। ਤੀਜਾ ਤਰੀਕਾ ਹੈ ਕਿ ਜਦੋਂ ਸ਼ੁੱਧ ਘਿਓ ਨੂੰ ਅੱਗ ਉੱਤੇ ਗਰਮ ਕੀਤਾ ਜਾਂਦਾ ਹੈ ਤਾਂ ਇਹ ਹੌਲੀ ਹੌਲੀ ਪਿਘਲ ਜਾਂਦਾ ਅਤੇ ਧੂੰਆਂ ਨਹੀਂ ਨਿਕਲਦਾ। ਜੇਕਰ ਘਿਓ ਜਲਦੀ ਪਿਘਲ ਜਾਵੇ ਅਤੇ ਧੂੰਆਂ ਨਿਕਲਣ ਲੱਗ ਜਾਵੇ ਤਾਂ ਸਮਝ ਜਾਇਓ ਕਿ ਘਿਓ ਦੇ ਵਿੱਚ ਮਿਲਾਵਟ ਹੈ। ਤਾਂ ਇਸੇ ਤਰੀਕੇ ਦੇ ਨਾਲ ਹੁਣ ਮਾਰਕੀਟ ਦੇ ਵਿੱਚ ਹਰ ਇੱਕ ਚੀਜ਼ਾਂ ਦੇ ਵਿੱਚ ਕਿਤੇ ਨਾ ਕਿਤੇ ਮਿਲਾਵਟ ਜੋ ਹੈ ਉਹ ਕੀਤੀ ਜਾ ਰਹੀ ਹੈ। ਅਜਿਹੇ ਦੇ ਵਿੱਚ ਘਿਓ ਇੱਕ ਅਜਿਹੀ ਚੀਜ਼ ਹੈ ਜੋ ਅਸੀਂ ਬੱਚਿਆਂ ਤੋਂ ਲੈ ਕੇ ਜੋ ਬਜ਼ੁਰਗ ਨੇ ਉਹਨਾਂ ਨੂੰ ਜ਼ਰੂਰ ਰੋਟੀ ਦੇ ਵਿੱਚ ਲਾ ਕੇ ਦਿੰਦੇ ਹਾਂ, ਸਬਜ਼ੀ ਦੇ ਵਿੱਚ ਪਾ ਕੇ ਦਿੰਦੇ ਹਾਂ। ਅਤੇ ਇਸੇ ਤਰੀਕੇ ਦੇ ਨਾਲ ਜੇਕਰ ਤੁਹਾਡੇ ਘਰ ਦੇ ਵਿੱਚ ਨਕਲੀ ਘਿਓ ਹੈ ਤਾਂ ਸਮਝ ਜਾਓ ਕਿ ਇਸ ਦੇ ਨਾਲ ਤੁਹਾਡੇ ਪਰਿਵਾਰਕ ਮੈਂਬਰਾਂ ਨੂੰ ਕਿੰਨਾ ਵੱਡਾ ਨੁਕਸਾਨ ਹੋ ਸਕਦਾ ਹੈ। ਕੈਂਸਰ ਤੱਕ ਦੀ ਬਿਮਾਰੀ ਜੋ ਹੈ ਉਹ ਹੋ ਸਕਦੀ ਹੈ। ਇਸ ਕਰਕੇ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜੋ ਵੀ ਘਿਓ ਦਾ ਸੇਵਨ ਕਰਦੇ ਨੇ, ਤਾਂ ਜੋ ਉਹ ਪਰਖ ਸਕਣ, ਉਹ ਜਾਂਚ ਕਰ ਸਕਣ ਕਿ ਆਖਰ ਦੇ ਵਿੱਚ ਅਸਲੀ ਘਿਓ ਦੀ ਪਹਿਚਾਣ ਕੀ ਹੈਗੀ ਆ। ਅਤੇ ਸਭ ਤੋਂ ਜ਼ਿਆਦਾ ਬੈਟਰ ਇਹ ਹੋਵੇਗਾ ਜੇਕਰ ਤੁਸੀਂ ਘਰ ਦੇ ਵਿੱਚ ਹੀ ਘਿਓ ਕੱਟੋ, ਜਿਸ ਦੇ ਨਾਲ ਤੁਸੀਂ ਕਿਤੇ ਨਾ ਕਿਤੇ ਸੇਫ ਰਹੋਗੇ, ਕਿਉਂਕਿ ਬਾਹਰ ਤਾਂ ਘਿਓ ਵੀ ਹੁਣ ਮਿਲਾਵਟੀ ਮਿਲਣ ਲੱਗੇ ਨੇ। ਬਿਊਰੋ ਰਿਪੋਰਟ, ਹਮਦਰਦ TV।